وَاللَّهِ بَعْضُ الْمُتَّقِينَ وَالصَّلَاةُ وَالسَّلَامُ عَلَى رَسُولِهِ الْكَرِيمِ وَعَلَى أما بعد فأعوذ بالله من الشيطان الرجيم بسم الله الرحمن الرحيم والذي جاء بالصدق وصدق به أولئك هم المتقون صدق الله مولانا العظيم وصدق رسوله النبي الكريم رب اشرح لي صدري ويسر لي أمري واحلل عقدة من لساني يفقهوا قولي إن الله وملائكته يصلون على النبي يا أيها الذين آمنوا صلوا عليه وسلموا تسليما دود پاک پڑھو الصلاة والسلام عليك يا رسول الله وعلى آلك وصحابك يا حبيب الله الصلاة والسلام عليك يا خاتم النبيين وعلى وصحابك يا رحمة العالمين حمد و صلاة کے بعد نہایت ہی واجب و احترام دوست و بزرگ اور قابل قدر بہت ہیں آئی ڈی ایم ایف لے پار میر المومنین خلیفۃ المسلمین خلیفۃ بن الفصل حضرت سیدنا ابو بکر صدیق رضی اللہ تعالی عنہ انہاں دے یاد دے اندر منعقد کیتی گئی ہے سبحان اللہ جو کہ اے مہینہ جڑا ہے جماعت الاسلامی انہاں دے وصال دا مہینہ ہے اس مہینے دے 22 تاریخ کو سیدنا ابو بکر صدیق رضی اللہ تعالی عنہ دا وصال ہویا تو انہوں نے یاد دیا اندر یہ پروگرام ہوئے گا دعائیں کہ اللہ تعالیٰ ساری حاضری اپنی بارگاہ میں قبول و منظور رب العالمین نے فرمایا والذی جاء بالصدق وصدق به اولئک هم المتقون ایک وہ ذات ہے جو صدق لے کے آئی اور ایک وہ جنہوں نے اس کی تصدیق کی وصدق به جنہیں وہ تصدیق کی تھی اولئک هم المتقون تے سارے ہی متقی تھے سارے پرہیزگار مولا علی شریف خدا رضی اللہ تعالی عنہ کوفہ کے جامع مسجد کے اندر خطاب کرتے ہیں بات کی تھی لوگوں میں نے قرآن کی کلی کلی آیت کا پتا ہوا کدو نازل ہوئی ہے ادا شان نزول کی ہے ادھ وچ اللہ نے حکم کی دتا ہوا کتنا لوگوں نے حکم دتا ہوا یہ آیت مکے کے اندر نازل ہوئی ہے مدینے چ نازل ہوئی ہے ہجرت کے موقع تے نازل ہوئی ہے یا جہاد تے نازل ہوئی ہے بدر وچ نازل ہوئی ہے یا احد وچ نازل ہوئی ہے تبوک کے موقع تے نازل ہوئی ہے یا خیبر کے موقع تے نازل ہوئی ہے
ਮੌਲਾ ਜੀ ਨੇ ਫਰਮਾਇਆ ਕਿ ਮੈਨੂੰ ਕੁਰਾਨ ਦਾ ਪੂਰਾ ਇਲਮ ਆ, ਮੈਨੂੰ ਪਤਾ ਵਾਹਿਗਾ ਤਾਂ ਕਿੱਥੇ ਕਿੱਥੇ ਨਾਜ਼ਲ ਹੋਈਆਂ ਨੇ। ਤੇ ਉਹ ਸਵਾਲ ਕਰਨ ਵਾਲੇ ਨੇ ਅੱਜ ਕਿਤੇ ਹਜ਼ੂਰ ਫਿਰ ਦੱਸੋ ਅਗਰ ਤੁਹਾਨੂੰ ਅੱਲਾ ਨੇ ਇੰਨਾ ਇਲਮ ਦਿੱਤਾ ਵਾ, ਤੁਸੀਂ ਸਮਝਦੇ ਹੋ ਜਾਣਦੇ ਹੋ ਕਿ ਕੁਰਾਨ ਦਾ ਨਜ਼ੂਲ ਕਦੋਂ ਕਦੋਂ ਹੋਇਆ, ਕਿਸ ਮੌਕੇ ਤੇ ਹੋਇਆ, ਕਿਸ ਬਾਤ ਦਾ ਜ਼ਿਕਰ ਆਇਆ, ਕਿਸ ਸ਼ਾਇਦ ਦੇ ਅੰਦਰ। ਇਹ ਜਿਹੜੀ ਕੁਰਾਨ ਦੀ ਆਇਤ ਹੈ ਤੂੰ ਵੀ ਇਸ ਬਾਰੇ ਦੀ ਵੱਲਜ਼ੀ ਜਾ ਅਗਸਿਤ ਕੇ ਮਸੱਦਾ ਕਾ ਬਹੀ, ਇਹਦੇ ਅੰਦਰ ਅੱਲਾ ਨੇ ਕਿੰਨਾ ਲੋਕਾਂ ਦਾ ਜ਼ਿਕਰ ਕੀਤਾ। ਮੌਲਾ ਅਲੀ ਸ਼ੇਰੇ ਖੁਦਾ ਨੇ ਦੀ ਵਜ਼ਾਹਤ ਕਰਕੇ ਫਰਮਾਇਆ ਲੋਗੋ ਇਹਦੇ ਅੰਦਰ ਅੱਲਾਹ ਤਾਲਾ ਨੇ ਜਿਹੜਾ ਪਹਿਲਾ ਜੁਮਲਾ ਨਾ ਵੱਲਜ਼ੀ ਜਾ ਅਗਸਿਤ, ਇੱਕ ਉਹ ਜ਼ਾਤ ਹੈ ਜਿਹੜੀ ਸਿਦਕ ਲੈ ਕੇ ਆਈ, ਇਹਦੇ ਅੰਦਰ ਅੱਲਾ ਨੇ ਇਮਾਮ ਉਲ ਅੰਬੀਆ ਦਾ ਜ਼ਿਕਰ ਕੀਤਾ ਹੈ, ਮਸੱਦਾ ਕਾ ਬਹੀ ਔਰ ਉਹਦੀ ਤਸਦੀਕ ਕਰਨ ਵਾਲੀ ਜ਼ਾਤ ਅਬੂ ਬਕਰ ਸਦੀਕ ਦੀ ਜ਼ਾਤ ਹੈ। ਕੈਸੀ ਮਜ਼ੇ ਵਾਲੀ ਗੱਲ ਹੈ, ਇਮਾਮ ਉਲ ਅੰਬੀਆ ਨੇ ਐਲਾਨੇ ਨਬੂਵਤ ਫਰਮਾਇਆ 40 ਸਾਲ ਦੀ ਉਮਰ ਮੁਬਾਰਕ, ਉਸ ਵੇਲੇ ਸੈਯਦ ਅਬੂ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਤਜਾਰਤ ਕਰਨ ਵਾਸਤੇ ਮੁਲਕੇ ਸ਼ਾਮ ਤੇ ਗਏ ਹੋਏ। ਅਬੂ ਬਕਰ ਸਦੀਕ ਨੇ ਨਾ ਉੱਥੇ ਖਾਬ ਦੇਖਿਆ, ਖਾਬ ਦੇ ਅੰਦਰ ਕੀ ਦੇਖਦੇ ਨੇ ਕਿ ਅਸਮਾਨਾਂ ਦਾ ਚੰਨ ਲੈ ਕੇ ਮੇਰੀ ਝੋਲੀ ਵਿੱਚ ਆ ਗਿਆ, ਸੁਬਾਹ ਦਾ ਟਾਈਮ ਹੋਇਆ, ਕਿਸੇ ਰਾਹਤ ਦੇ ਕੋਲ ਜਾ ਕੇ ਬਾਤ ਕੀਤੀ ਵੀ ਰਾਤੀ ਖਾਬ ਆਇਆ ਵਾ, ਅਸਮਾਨਾਂ ਦਾ ਚੰਨ ਲੱਥ ਕੇ ਮੇਰੀ ਝੋਲੀ ਵਿੱਚ ਆ ਗਿਆ। ਇਹਦੀ ਤਬੀਅਤ ਕੀ ਹੋ ਸਕਦੀ ਹੈ, ਜ਼ਰਾ ਥੋੜ੍ਹੀ ਜਿਹੀ ਵਜ਼ਾਹਤ ਕਰੋ, ਮੇਰੇ ਦਿਲ ਨੂੰ ਬੜਾ ਚੈਨ ਆਏਗਾ, ਸਕੂਨ ਮਿਲੇਗਾ। ਉਹਨਾਂ ਨੇ ਪੁੱਛਿਆ ਤੇਰਾ ਨਾਂ ਕੀ ਹੈ, ਆਖਿਆ ਮੇਰਾ ਨਾਂ ਅਬੂ ਬਕਰ, ਕਿਸ ਜਗ੍ਹਾ ਤੇ ਰਹਿੰਦੇ ਹੋ, ਕਿਹਾ ਮੱਕੇ ਵਿੱਚ ਰਹਿੰਦਾ ਹਾਂ, ਕਬੀਲੇ ਦਾ ਨਾਂ ਪੁੱਛਿਆ, ਕਿਹਾ ਅਬੂ ਬਕਰ ਅਗਰ ਤੇਰੀ ਇਹ ਖਾਬ ਸਹੀ ਹੋਈ ਨਾ ਤੇ ਤਬੀਰ ਇਹਦੀ ਇਹ ਬਣਦੀ ਆ ਕਿ ਆਖਰੀ ਜ਼ਮਾਨ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਤੂੰ ਗੁਲਾਮ ਬਣੇਗਾ ਔਰ ਉਹਨਾਂ ਦੇ ਇਨਸਾਫ ਤੋਂ ਬਾਅਦ ਫਿਰ ਉਹਨਾਂ ਦਾ ਜਾਨਸ਼ੀਨ ਬਣੇਗਾ। ਅਬੂ ਬਕਰ ਕਹਿੰਦੇ ਮੈਨੂੰ ਬੜਾ ਮਜ਼ਾ ਆਇਆ, ਬੜੀ ਖੁਸ਼ਖਬਰੀ ਸੁਣੀ, ਦਿਲ ਖੁਸ਼ ਹੋ ਗਿਆ, ਵਾਪਸ ਮੈਂ ਮਦੀਨਾ ਮੱਕਾ ਸ਼ੇਰ ਜਦੋਂ ਆਇਆ ਨਾ ਤਿਆਰਤ ਕਰਕੇ, ਤੋ ਇਮਾਮ ਉਲ ਅੰਬੀਆ ਦਾ ਪਤਾ ਚੱਲਿਆ ਕਿ ਹਜ਼ੂਰ ਨੇ ਨਬੂਵਤ ਦਾ ਐਲਾਨ ਕੀਤਾ ਹੋਇਆ ਹੈ, ਇਜ਼ਹਾਰ ਕੀਤਾ ਹੋਇਆ ਹੈ। ਮੈਂ ਇਮਾਮ ਉਲ ਅੰਬੀਆ ਅਲੈਹ ਸਲਾਤੁ ਵਸਲਾਮ ਦੀ ਬਾਰਗਾਹ ਦੇ ਅੰਦਰ ਹਾਜ਼ਰ ਹੋ ਜਾਣਾ ਵਾਂ, ਕਿਉਂਕਿ ਅਬੂ ਬਕਰ ਸਦੀਕ ਮੁਸਤਫਾ ਦੇ ਨਬੂਵਤ ਦੇ ਐਲਾਨ ਤੋਂ ਪਹਿਲੇ ਵੀ ਹਜ਼ੂਰ ਅਲੈਹ ਸਲਾਤੁ ਵਸਲਾਮ ਦਾ ਜਾਨ ਨਿਸਾਰ ਸਾਥੀ ਹੈ। ਅਬੂ ਬਕਰ ਉਸੇ ਮਹੱਲੇ ਵਿੱਚ ਰਹਿੰਦੇ ਨੇ ਜਿਸ ਮਹੱਲੇ ਚ ਰੱਬ ਦੇ ਮਹਿਬੂਬ ਰਹਿੰਦੇ ਨੇ, ਅਬੂ ਬਕਰ ਮੁਸਤਫਾ ਦਾ ਬਚਪਨ ਦਾ ਸਾਥੀ ਹੈ, ਜਵਾਨੀ ਦਾ ਸਾਥੀ ਹੈ, ਬੁਢਾਪੇ ਦਾ ਸਾਥੀ ਹੈ, ਮੁਸਤਫਾ ਦਾ ਹਰ ਮੌਕੇ ਦਾ ਜਾਨ ਨਿਸਾਰ ਹਰ ਜਗ੍ਹਾ ਤੇ ਸਾਥ ਦੇਣ ਵਾਲਾ ਅਬੂ ਬਕਰ ਸਦੀਕ ਮਸਜਿਦ ਦਾ ਸਾਥੀ ਹੈ, ਮਿੰਬਰ ਦਾ ਸਾਥੀ ਹੈ, ਬਦਰ ਦਾ ਸਾਥੀ ਹੈ, ਉਹਦ ਦਾ ਸਾਥੀ ਹੈ, ਖੈਬਰ ਦਾ ਸਾਥੀ ਹੈ, ਖੰਡਕ ਦਾ ਸਾਥੀ ਹੈ, ਤਬੂਕ ਦਾ ਸਾਥੀ ਹੈ, ਕਾਰ ਦਾ ਸਾਥੀ ਹੈ, ਬਲਕਿ ਮੁਸਤਫਾ ਦੇ ਨਾਲ ਬਾਜ਼ਾਰ ਦਾ ਸਾਥੀ ਹੈ। ਅਬੂ ਬਕਰ ਅੱਜ ਵੀ ਮੁਸਤਫਾ ਦੇ ਨਾਲ ਆ, ਅਬੂ ਬਕਰ ਦੇ ਦਿਲ ਦੇ ਅੰਦਰ ਸ਼ੌਕ ਪੈਦਾ ਹੋਇਆ, ਤਵੀ ਪੈਦਾ ਹੋਈ, ਸਿੱਧਾ ਮੁਸਤਫਾ ਦੀ ਬਾਰਗਾਹ ਦੇ ਅੰਦਰ ਹਾਜ਼ਰ ਹੁੰਦੇ ਨੇ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਬਾਰਗਾਹ ਦੇ ਅੰਦਰ ਅਬੂ ਬਕਰ ਨੇ ਅਰਜ਼ ਕੀਤੀ, ਆਕਾ ਮੈਨੂੰ ਪਤਾ ਚੱਲਿਆ ਵਾ ਤੁਸੀਂ ਇਹਨਾਂ ਨੇ ਨਬੂਵਤ ਫਰਮਾਇਆ ਵਾ, ਹਾਂ ਅਬੂ ਬਕਰ ਮੈਂ ਅੱਲਾਹ ਦਾ ਨਬੀ ਹਾਂ, ਅੱਲਾਹ ਨੇ ਮੇਰੇ ਵੱਲ ਆਪਣਾ ਪੈਗਾਮ ਭੇਜਿਆ ਵਾ। ਅਬੂ ਬਕਰ ਕਹਿਣ ਲੱਗੇ, ਯਾ ਰਸੂਲ ਅੱਲਾਹ, ਅਗਰ ਅੱਲਾਹ ਦੇ ਨਬੀ ਹੋ ਤਾਂ ਨਬੂਵਤ ਦੀ ਸ਼ਰਤ ਹੁੰਦੀ ਹੈ ਤੇ ਮੌਜਜ਼ਾ ਤੇ ਕਮਾਲਾਤ ਨਜ਼ਰ ਆਉਣਾ ਚਾਹੀਦਾ ਵਾ। ਅਬੂ ਬਕਰ ਦੀ ਇੰਨੀ ਗੱਲ ਸੁਣ ਕੇ ਇਮਾਮ ਉਲ ਅੰਬੀਆ ਨੇ ਫਰਮਾਇਆ, ਇਹ ਅਬੂ ਬਕਰ ਤੇਰੇ ਵਾਸਤੇ ਦਲੀਲ ਕਾਫੀ ਨੇ, ਜਿਹੜਾ ਤੂੰ ਸ਼ਾਮ ਦੇ ਅੰਦਰ ਖਾਬ ਦੇਖਿਆ ਸੀ ਉਸ ਖਾਬ ਦੀ ਤਬੀਰ ਮੈਂ ਮੁਸਤਫਾ ਵਾ, ਉਹਦੀ ਤਬੀਰ ਤੇਰੇ ਸਾਹਮਣੇ ਮੌਜੂਦ ਆ। ਅਬੂ ਬਕਰ ਨੇ ਉਸ ਵੇਲੇ ਮੁਸਤਫਾ ਦਾ ਕਲਮਾ ਪੜਿਆ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਗੁਲਾਮ ਬਣ ਗਿਆ। ਬੰਦ ਹੋ ਗਿਆ ਬ੍ਰੇਕ ਲਾ ਲਓ।
اچھا یا رسول اللہ کوئی نشانی کو دلے تو موجزہ امام انبیاء نے فرمایا ابو بکر یہ غلطی تھوڑی دلیل ہے جڑا تو خواب دیکھتے ہیں اودی طبیعت تیرے سامنے مت ہو جائے ابو بکر تو گیا کٹھا خواب دے اندر کہ جان لکھا چار پشتا صرف مسلمان ہی نہیں بلکہ صحابی رسول نے چار پشتا والدین بھی صحابی رسول خود بھی صحابی رسول اولاد بھی صحابی رسول تے گاڑی پوترا بھی صحابی رسول تو کسی بھی صحابی کے حصے سے مقام آیا نہیں ابو بکر صدیق مسلمان ہوا سوال یہ پیدا ہوا کہ حضور علیہ الصلوۃ والسلام کے سب سے پہلے کیڑا بندہ ایمان لے لیا کیونکہ حضرت علی کا بھی ذکر ملتا ہے سیدہ خدیجہ کو کبریٰ کا بھی ذکر ملتا ہے کہ سب سے پہلے وہ مسلمان ہوئی ہیں علی مرتضیٰ سب سے پہلے ایمان لے آئے ابو بکر سب سے پہلے ایمان لے آئے حضرت زید بن حارثہ غلام رسول اللہ کا وہ سب سے پہلے ایمان لے آئے تو علماء نے یہ ترتیب اس طریقے نہ کر دیتی ہے فرمایا کہ جتھے جوان مرد ہوئے نا اوہدا نمبر پہلے آتا وا اس کے بعد عورت جڑی بالغ ہے اوہدا نمبر آتا وا پھر بچے کا نام آتا وا پھر غلام کا نام آتا وا پتا چلیا کہ بالغ مرد جڑے سن سمجھدار جڑے سن جوان آدمی سن انہوں نے سب تو پہلا ایمان لیان والا ابو بکر صدیق سیدہ خدیجہ تو کبرا عورتوں کے سب تو پہلے ایمان لیان والیاں نے بچیاں دے وچ علی مرتضیٰ شیر خدا رضی اللہ تعالی سب تو پہلے ایمان لیان والے نے اور غلاماں دے وچ حضرت زید بن حارثہ سب تو پہلے کلمہ پڑھن والے نے تو ترتیب بن گئی ابو بکر حضور دے سب تو پہلا ایمان لیان والا شخص ابو بکر دی ہن کوشش پتہ کی ہے کہ جیڑی دولت اللہ نے مینوں عطا کیتی ہے یہ دولت ہر گھر وچ پہنچنی چاہیے ہر بندے کو پہنچنی چاہیے ہر بندہ رسول اللہ دا غلام بن جانا چاہیے ابو بکر کڑے پلے کے چل پاندے نے کبھی کسے نو کولے کردے نے کبھی کسے نو پیغام دیندے نے رسول اللہ دی بارگاہ دے اندر لے کے آندے نے او مسلمان ہو رہے نے ابو بکر دی وجہ تو بہت سارے لوگ مسلمان ہوئے ابو بکر کو بمولے آدمی نے مکے دا تاجر بہت بڑا سوداگر حتا کہ اس ٹائم دے اندر جڑے قتل ہو جاتے سن انہاں دے فیصلے ابو بکر سے یعنی وہ سیدہ جج کہہ سکتے ہو سیدنا ابو بکر صدیق رضی اللہ تعالیٰ عنہ ایک دن امام الانبیاء کی بارگاہ کے اندر عرض کرتے ہیں یا رسول اللہ صلی اللہ علیہ وسلم میرا دل چاہتا ہے میں کعبے کے کول کھڑا ہو کے اللہ کی توحید کا اعلان کروں یا دی رسالت کا پیغام آپ لوگوں تک پہنچا دیوا امام الانبیاء فرماتے ہیں ابو بکر اجے تعداد تھوڑی ہے تھوڑا جا انتظار کر لو مسلمان زیادہ
ਸਾਫ ਹੋ ਜਾਣ, ਸਾਡੀ ਇੱਕ ਕੂਵਤ ਬਣ ਜਾਵੇਗੀ, ਹਰ ਕਿਸੇ ਪੈਗਾਮ ਆਪ ਕਰ ਦੇਣਾ। ਅਬੂ ਬਕਰ ਦੇ ਦਿਲ ਦੀ ਮਰਜ਼ੀ ਹੋਵੇ, ਅਬੂ ਬਕਰ ਚਾਹੁੰਦਾ ਵਾ ਕਿ ਜਲਦੀ ਜਲਦੀ ਲੋਕ ਜਹੰਮ ਚੋਂ ਨਿਕਲ ਕੇ ਜੰਨਤ ਦੇ ਰਸਤੇ ਵੱਲ ਪੈ ਜਾਣ, ਜਲਦੀ ਜਲਦੀ ਇਹ ਜਹਾਲੋ ਤੋਂ ਨਿਕਲ ਕੇ ਹਦਾਇਤ ਵੱਲ ਆ ਜਾਣ, ਜਲਦੀ ਜਲਦੀ ਰਸੂਲ ਅੱਲਾ ਦੀ ਬਾਰਗਾਹ ਦੇ ਅੰਦਰ ਆ ਜਾਣ। ਇਹ ਬਿਦਅਤ ਛੱਡ ਕੇ, ਕਾਫਰ ਸ਼ਰਕ ਛੱਡ ਕੇ, ਸ਼ਰਕ ਬਿਦਅਤ ਛੱਡ ਕੇ ਅੱਲਾ ਦੀ ਬਾਰਗਾਹ ਦੀ ਅੱਲਾ ਕਰਾਰ ਕਰ ਲੈਣ। ਅਬੂ ਬਕਰ ਦੀ ਤੜਪ ਇਹ ਵਾ, ਅਬੂ ਬਕਰ ਦਾ ਦਿਲ ਕਹਿੰਦਾ ਵਾ, ਇਮਾਮ ਬੱਲਬੀਆ ਨੇ ਫਰਮਾਇਆ ਅਬੂ ਬਕਰ ਠਹਿਰ ਜਾਓ, ਅਬੂ ਬਕਰ ਇਜਾਜ਼ਤ ਮੰਗਦੇ ਨੇ, ਰਸੂਲ ਅੱਲਾ ਫਰਮਾਉਂਦੇ ਨੇ ਅਬੂ ਬਕਰ ਠੀਕ ਹੈ, ਤੁਹਾਨੂੰ ਇਜਾਜ਼ਤ ਆ। ਇਸਲਾਮ ਦਾ ਪਹਿਲਾ ਖਤੀਬ, ਇਸਲਾਮ ਦਾ ਪਹਿਲਾ ਮੁਬੱਲਗ ਜਿਹਨੇ ਕਾਬੇ ਦੇ ਅੰਦਰ ਖੜਿਆ ਹੋ ਕੇ ਅੱਲਾ ਦੀ ਵਾਹਦਾਨੀਅਤ ਦਾ ਐਲਾਨ ਕੀਤਾ ਵਾ, ਰਸੂਲ ਅੱਲਾ ਦੀ ਰਸਾਲਤ ਦਾ ਜ਼ਹਾਰ ਕੀਤਾ ਵਾ। ਅਬੂ ਬਕਰ ਗਏ ਕਾਬੇ ਦੇ ਕੋਲ, ਮੱਕੇ ਦੇ ਸਰਦਾਰ ਬੈਠੇ ਹੋਏ ਨੇ, ਅਬੂ ਜਾਹਲ, ਉਤਬਾ, ਸ਼ੈਬਾ, ਹਲੀਬ, ਸਾਰੇ ਜਿਹੜੇ ਚੌਧਰੀ ਹੈ ਮੱਕੇ ਦੇ ਕਾਬੇ ਦੇ ਕੋਲ ਬੈਠੇ। ਉੱਥੇ ਜਾ ਕੇ ਅਬੂ ਬਕਰ ਨੇ ਅੱਲਾ ਤਾਲਾ ਦੀ ਵਾਹਦਾਨੀਅਤ ਦਾ ਐਲਾਨ ਕੀਤਾ, ਰਸੂਲ ਅੱਲਾ ਦੀ ਰਸਾਲਤ ਦਾ ਐਲਾਨ ਕੀਤਾ। ਜਦੋਂ ਉਹਨਾਂ ਨੂੰ ਕਿਹਾ ਨਾ ਕਿ ਲਾ ਇਲਾਹਾ ਇਲੱਲਾਹ, ਕੋਈ ਇਲਾਹ ਨਹੀਂ ਸਿਰਫ ਇੱਕ ਅੱਲਾ, ਉਹਨਾਂ ਨੇ ਸੱਜਿਆ ਸਾਨੂੰ ਇਤਨੀ ਬੜੀ ਗਾਲੀ ਦਿੱਤੀ ਆ ਕਿ ਕੌਣ ਹੋਵੇ ਸਾਡੇ ਹੁੰਦਿਆ ਸਾਡੇ ਖੁਦਾਵਾਂ ਨੂੰ ਨਫੀ ਕਰਨ ਵਾਲਾ, ਸਾਡੇ ਖੁਦਾਵਾਂ ਨੂੰ ਕਹਿਣ ਵਾਲਾ ਨੀ, ਜੋ ਸੀਅਤ ਹੀ ਕੋਈ ਨਹੀਂ, ਇਹ ਕਿੰਨਾ ਨੂੰ ਤੁਸੀਂ ਇਲਾਹ ਮੰਨਦੇ ਹੋ, ਕਿੰਨਾ ਨੂੰ ਆਪਣਾ ਮੌਜੂਦ ਮੰਨਦੇ ਹੋ। ਅਬੂ ਬਕਰ ਦੇ ਇੰਨੇ ਜੁਮਲੇ ਤੇ ਮੱਕੇ ਦੇ ਕਾਫਰਾਂ ਨੇ ਅਬੂ ਬਕਰ ਤੇ ਹਮਲਾ ਕਰ ਦਿੱਤਾ, ਆਣ ਕੇ ਅਬੂ ਬਕਰ ਸਦੀਕ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ। ਸਹੀ ਆਪਣੇ ਅਬੂ ਬਕਰ ਸਦੀਕ ਨੂੰ ਇੰਨਾ ਮਾਰਦੇ ਨੇ, ਇੰਨਾ ਮਾਰਦੇ ਨੇ, ਅਬੂ ਬਕਰ ਬੇਹੋਸ਼ ਹੋ ਜਾਂਦੇ ਨੇ, ਜਿਸਮ ਜਿਹੜਾ ਵਾ ਜ਼ਖਮੀ ਹੋ ਜਾਂਦਾ ਵਾ, ਘੇਰੇ ਤੇ ਜ਼ਖਮ ਆ ਜਾਂਦੇ ਨੇ, ਖੂਨ ਪੈਣਾ ਸ਼ੁਰੂ ਹੋ ਜਾਂਦਾ ਵਾ, ਕਬੀਲੇ ਵਾਲਿਆਂ ਨੂੰ ਪਤਾ ਲੱਗਦਾ ਵਾ, ਉਹ ਮਹਿਸੂਸ ਕਰਦੇ ਨੇ ਅਬੂ ਬਕਰ ਦੀ ਜ਼ਿੰਦਗੀ ਖਤਮ ਹੋ ਗਈ ਹੈ, ਅਨਕਰੀ ਪਤਾ ਲੱਗ ਜਾਵੇਗਾ। ਸੈਯਦ ਅਬੂ ਬਕਰ ਸਦੀਕ ਨੂੰ ਹੋਸ਼ ਕਬੀਲੇ ਵਾਲਿਆਂ ਨੇ ਉਠਾਇਆ, ਆਪਣੇ ਘਰ ਲੈ ਜਾਂਦੇ ਨੇ, ਇੰਤਜ਼ਾਰ ਆ ਪਤਾ ਲੱਗ ਜਾਵੇ ਅਬੂ ਬਕਰ ਜ਼ਿੰਦਾ ਵਾ ਜਾਂ ਜ਼ਿੰਦਗੀ ਖਤਮ ਹੋ ਚੁੱਕੀ ਹੈ, ਤਾਂ ਕਿ ਅਸੀਂ ਉਹਨਾਂ ਲੋਕਾਂ ਦਾ ਮੁਕਾਬਲਾ ਕਰੀਏ ਜਿਨ੍ਹਾਂ ਨੇ ਅਬੂ ਬਕਰ ਸਦੀਕ ਨੂੰ ਇਸ ਹਾਲ ਦੇ ਅੰਦਰ ਪਹੁੰਚਾ ਦਿੱਤਾ ਵਾ। ਸੁਬਾਹ ਤੋਂ ਲੈ ਕੇ ਸ਼ਾਮ ਤੱਕ ਦਾ ਟਾਈਮ ਹੋ ਜਾਂਦਾ ਵਾ, ਅਬੂ ਬਕਰ ਨੇ ਹੋਸ਼ ਆਏ ਨੇ, ਅਬੂ ਬਕਰ ਸੁਰਤ ਵਿੱਚ ਆਉਂਦੇ ਨੇ ਤੇ ਪਹਿਲਾਂ ਜ਼ਬਾਨ ਤੇ ਜਿਹੜਾ ਜੁਮਲਾ ਬੋਲਿਆ ਵਾ, ਮਾਂ ਕਹਿੰਦੀ ਹੈ ਬੇਟਾ ਮੈਂ ਪਾਣੀ ਲੈ ਕੇ ਆਵਾਂ, ਬੇਟਾ ਖਾਣਾ ਲੈ ਕੇ ਆਵਾਂ, ਤੇਰੇ ਵਾਸਤੇ ਦੁੱਧ ਲੈ ਕੇ ਆਵਾਂ। ਅਬੂ ਬਕਰ ਕਹਿੰਦਾ ਵਾ, ਅੰਮਾ ਖਾਣੇ ਦੀ ਕੋਈ ਜ਼ਰੂਰਤ ਨਹੀਂ, ਪਾਣੀ ਦੀ ਕੋਈ ਜ਼ਰੂਰਤ ਨਹੀਂ, ਅੰਮਾ ਦੁੱਧ ਦੀ ਕੋਈ ਜ਼ਰੂਰਤ ਨਹੀਂ, ਅਗਰ ਤੂੰ ਚਾਹੁੰਦੀ ਆ ਤੇਰਾ ਬੇਟਾ ਪਾਣੀ ਪੀ ਲਵੇ, ਖਾਣਾ ਖਾ ਲਵੇ, ਪਰ ਜਲਦੀ ਕਰਕੇ ਮੁਸਤਫਾ ਦੀ ਬਾਰਗਾਹ ਦੇ ਅੰਦਰ ਲੈ ਚੱਲੋ। ਜਿੰਨੀ ਦੇਰ ਤੱਕ ਮੈਂ ਆਪਣੇ ਹੱਥਾਂ ਨੂੰ ਨਹੀਂ ਦੇਖ ਲਵਾਂਗਾ, ਉਹਨੀ ਦੇਰ ਤੱਕ ਨਾ ਮੈਂ ਖਾਣਾ ਖਾਵਾਂਗਾ, ਨਾ ਪਾਣੀ ਪੀਵਾਂਗਾ, ਨਾ ਦੁੱਧ ਪੀਵਾਂਗਾ। ਅਬੂ ਬਕਰ ਦੇ ਕਬੀਲੇ ਵਾਲੇ ਕੋਲ ਬੈਠੇ ਹੋਏ ਸਨ, ਸਾਰੇ ਦੇ ਸਾਰੇ ਮੁਸ਼ਰਕ ਨੇ, ਸਾਰੇ ਸਾਰੇ ਕਾਫਰ ਨੇ। ਅਬੂ ਬਕਰ ਦੀ ਜ਼ਬਾਨ ਵਿੱਚੋਂ ਜਦੋਂ ਜੁਮਲਾ ਸੁਣਦੇ ਨੇ, ਉਹਨਾਂ ਆਖਿਆ ਸੀ ਅਬੂ ਬਕਰ ਤੂੰ ਕਦੀ ਨਹੀਂ ਖੁੱਲ ਜਾਵੇਂਗਾ, ਦੀਨ ਛੱਡ ਜਾਵੇਂਗਾ, ਆਪਣੇ ਪਹਿਲੇ ਮਜ਼ਹਬ ਵੱਲ ਖਿਆਲ ਕਰੇਗਾ, ਮਗਰ ਤੂੰ ਆਪਣੀ ਜਗ੍ਹਾ ਤੇ ਬਰਕਰਾਰ ਹੈ, ਆਪ ਨੂੰ ਅਸੀਂ ਛੱਡ ਕੇ ਜਾ ਰਹੇ ਹਾਂ, ਇਸ ਲਈ ਕਿ ਜੇ ਤੂੰ ਨਬੀ ਦਾ ਵਾ ਤੇ ਸਾਡਾ ਤੇਰੇ ਨਾਲ ਕੋਈ ਤਲਕ ਨਹੀਂ। ਅਬੂ ਬਕਰ ਸਦੀਕ ਸ਼ਰਮਾਉਂਦੇ ਨੇ, ਉਹ ਬਰਾਦਰੀ ਵਾਲੀ ਸੁਣ ਲਵੋ, ਕਬੀਲੇ ਵਾਲੀ ਸੁਣ ਲਵੋ, ਮੈਨੂੰ ਤੁਹਾਡੀ ਕੋਈ ਜ਼ਰੂਰਤ ਨਹੀਂ, ਅਬੂ ਬਕਰ ਹਰ ਸ਼ਹਿ ਰਸੂਲ ਅੱਲਾ ਦੇ ਨਾਮ ਨੂੰ ਕੁਰਬਾਨ ਕਰ ਛੱਡੇਗਾ, ਚਲੇ ਜਾ, ਮੈਨੂੰ ਤੁਹਾਡੀ ਕੋਈ ਜ਼ਰੂਰਤ ਨਹੀਂ। ਕਿਸੇ ਆਸੂ ਨੇ ਬੜੇ ਪਿਆਰੇ ਗੱਲ ਕੀਤੀ, ਉਹਨਾਂ ਆਖਿਆ ਸੱਲ ਲਾਏ ਕਾਨੇ ਤੇ ਸੱਲ ਲਾਏ ਕਾਨੇ ਤੇ ਇੱਕ ਆਕਾ ਮਿਲ ਜਾਏ ਨਹੀਂ ਲੋੜੇ ਸਾਰੇ ਪਰਦੇ ਕਿਆ ਤੋਂ ਮਿਲ ਗਏ ਨਹੀਂ ਲੋੜੇ
ਜ਼ਮਾਨੇ ਦੇ ਕਿਆ ਪਤਨੇ ਜਾਣਿਓ ਲੋੜੇ ਜ਼ਮਾਨੇ ਦੇ ਕਿਆ ਪਤਨੇ ਜਾਣਿਓ ਲੋੜੇ ਜ਼ਮਾਨੇ ਤੇਰੇ ਨਬੀ ਅਸਤਾ ਕਿੱਥੇ ਹੋਣਗੇ ਅਬੂ ਬਕਰ ਸਦੀਕ ਕਹਿੰਦੇ ਨੇ ਮਾਂ ਏਦਾਂ ਕਰ ਉਮਰੇ ਸ਼ਰੀਫ ਦੀ ਭੈਣ ਮੁਸਲਮਾਨ ਹੋ ਚੁੱਕੀ ਹੈ ਜਾ ਉਹਨਾਂ ਨੂੰ ਪੁੱਛ ਕੇ ਆ ਅਗਰ ਤੂੰ ਚਾਹੁੰਦੀ ਹੈ ਤੇਰਾ ਬੇਟਾ ਕੁਛ ਖਾ ਲਵੇ ਮਾਂ ਹੁਣ ਬੜਾ ਤੇਰੀ ਹਾਲਤ ਆ ਸਿਆਣੀ ਉਮਰ ਆ ਬਾਬਾ ਕੈਮ ਉਮਰੇ ਸਰੂਪ ਦੇ ਮਸ਼ੀਰਾਂ ਦੇ ਦਰਵਾਜ਼ੇ ਤੇ ਜਾਂਦੀਆਂ ਨੇ ਉਮੇ ਜ਼ਮੀਨ ਨਾਲ ਬਾਤ ਹੁੰਦੀ ਹੈ ਬੇਟੀ ਕਿੱਦਾਂ ਲਈ ਅੱਛਾ ਬੇਟੀ ਗੱਲ ਆ ਅਬੂ ਬਕਰ ਨੂੰ ਬੜਾ ਮਾਰਿਆ ਗਿਆ ਅਬੂ ਬਕਰ ਕਹਿੰਦਾ ਵਾ ਮੈਂ ਉਹਨੀ ਦੇਰ ਤੱਕ ਕੁਛ ਖਾਵਾਂਗਾ ਨਹੀਂ ਪੀਵਾਂਗਾ ਨਹੀਂ ਜਿੰਨਾ ਚਿਰ ਮੁਸਤਫਾ ਦੀ ਜ਼ਿਆਰਤ ਨਹੀਂ ਕਰ ਲਵਾਂਗਾ ਬੇਟੀ ਇਹ ਦੱਸ ਤੇਰੇ ਆਕਾ ਅਸਲ ਹੈ ਕਿੱਥੇ ਉਮੇ ਜਮੀਲ ਕਹਿੰਦੀਆਂ ਨੇ ਮੈਨੂੰ ਖਤਰਾ ਜਿਹਾ ਮਹਿਸੂਸ ਹੋਇਆ ਮੈਂ ਦਵਾ ਤਾਂ ਉਸੇ ਦੀ ਗੱਲ ਨਾ ਕੀਤੀ ਕਹਿਣ ਲੱਗੀ ਅੱਛਾ ਫਿਰ ਤੇਰੇ ਨਾਲ ਮੈਂ ਚੱਲਦੀ ਤੇ ਅਬੂ ਬਕਰ ਨਾਲ ਮੈਂ ਖੁਦ ਹੀ ਗੱਲ ਕਰ ਲੈਣੀ ਮੁਸਲਮਾਨ ਹੋ ਚੁੱਕੇ ਅਜੇ ਤੱਕ ਉਮਰ ਮੁਸਲਮਾਨ ਨਹੀਂ ਹੋਏ ਉਮਰ ਇਸਲਾਮ ਦੇ ਵਿੱਚ ਆਉਣ ਤੋਂ ਪਹਿਲੇ ਕਿਸਰ ਦੇ ਅੰਦਰ ਵੀ ਬੜੇ ਸਖਤ ਆਦਮੀ ਸਨ ਮਸ਼ੀਰਾ ਨਾਲ ਆਈ ਅਬੂ ਬਕਰ ਨੂੰ ਪੁੱਛਿਆ ਅਬੂ ਬਕਰ ਕੀ ਗੱਲ ਹੈ ਅੱਛਾ ਮੈਂ ਜਮੀਲ ਮੈਨੂੰ ਦੱਸ ਹਜ਼ੂਰ ਅਸਲ ਕਿੱਥੇ ਅੱਛਾ ਤੇਰੀ ਮਾਂ ਖੜੀ ਹੈ ਇਹਨਾਂ ਨੂੰ ਪਤਾ ਲੱਗ ਜਾਏਗਾ ਫਿਰ ਮੈਂ ਤੁਸੀਂ ਘਬਰਾਓ ਮਾਂ ਨੇ ਭਾਵੇਂ ਜੇ ਕਲਮਾ ਨਹੀਂ ਨਾ ਪੜਿਆ ਤੇ ਮੈਨੂੰ ਯਕੀਨ ਹੈ ਕਿ ਮਾਂ ਮੇਰਾ ਹੀ ਸਾਥ ਦੇਵੇਗੀ ਇਹ ਵੀ ਇੱਕ ਬੜੀ ਅਜੀਬ ਗੱਲ ਹੈ ਵੀ ਵਾਲਦਿਆਂ ਅਗਰ ਮੁਸਲਮਾਨ ਨਾ ਹੋਣ ਬੇਟਾ ਮੁਸਲਮਾਨ ਹੋਵੇ ਫਿਰ ਤੰਗੀ ਤੇ ਬਣੀ ਆਉਂਦੀ ਹੈ ਨਾ ਬੇਟੇ ਨੂੰ ਇਸ ਲਈ ਕਿ ਮਾਂ ਦੇ ਸਾਹਮਣੇ ਖੁੱਲ ਕੇ ਜ਼ਹਾਰ ਵੀ ਨਾ ਕਰ ਸਕੇਗਾ ਖਤਰਾ ਵਾ ਕੇ ਵੀ ਕੁਸ਼ਲ ਦੇ ਅੰਦਰ ਆ ਕਿਤੇ ਹਜ਼ੂਰ ਦੀ ਗੁਸਤਾਖੀ ਨਾ ਕਰ ਦੇਣ ਅਗਰ ਗੁਸਤਾਖੀ ਕਰ ਦਿੱਤੀ ਤੇ ਫਿਰ ਬਾਲ ਬਰਦਾਸ਼ਤ ਕਰਨਾ ਮੁਸ਼ਕਲ ਹੋ ਜਾਏਗਾ ਹਜ਼ਰ ਸਾਹਿਬ ਰਜ਼ੀ ਅੱਲਾਹ ਤਾਲਾ ਇਹ ਜਦੋਂ ਮੁਸਲਮਾਨ ਹੋਏ ਨਾ ਤਰੀਕੇ ਸਿਆਸਾ ਬੜੀ ਫਿਰ ਪਤਾ ਲੱਗਦਾ ਮੁਸਲਮਾਨ ਹੋ ਗਏ ਨਾ ਜਿਸ ਸਮੇਂ ਤੇ ਮਾਂ ਨੂੰ ਪਤਾ ਲੱਗਾ ਮਾਂ ਕਹਿਣ ਲੱਗੀ ਬੇਟਾ ਗੱਲ ਸੁਣ ਪਹਿਲੇ ਵਾਲਾ ਦੀਨ ਸਹੀ ਜਿਸ ਮਜ਼ਹਬ ਦੇ ਅੰਦਰ ਸਾਡਾ ਪਿਓ ਦਾਦਾ ਸੀ ਉਹ ਮਜ਼ਹਬ ਸਹੀ ਅੱਛਾ ਮਾਨੀ ਨਹੀਂ ਮਜ਼ਹਬ ਹੈ ਸਹੀ ਹੈ ਜੋ ਅੱਲਾਹ ਦਾ ਨਬੀ ਲੈ ਕੇ ਆਇਆ ਮਾਂ ਵੀ ਆਖਿਆ ਗੱਲ ਸੁਣ ਬੇਟਾ ਨਹੀਂ ਨਾ ਮੰਨੇਗਾ ਤੇ ਮੈਂ ਤੈਨੂੰ ਭੁੱਖ ਹੜਤਾਲ ਕਰ ਦਾਂਗਾ ਨਾ ਖਾਵਾਂਗੀ ਨਾ ਪੀਵਾਂਗੀ ਧੁੱਪੇ ਮੰਜੀ ਡਾ ਕੇ ਬੈਠ ਜਾਵਾਂਗੀ ਹੱਤਾ ਕਿ ਤੇਰੇ ਸਾਹਮਣੇ ਮੈਂ ਮਰ ਜਾਵਾਂਗੀ ਜਿੰਨੀ ਦੇਰ ਤੱਕ ਤੂੰ ਇਸਲਾਮ ਤੋਂ ਫਿਰੇਗਾ ਨਹੀਂ ਉਹਨੀ ਦੇਰ ਤੱਕ ਤਾਂ ਮੈਂ ਸ਼ਾਮੇ ਆਉਣਾ ਨਾ ਪਾਣੀ ਪੀਣਾ ਨਾ ਖਾਣਾ ਖਾਣਾ ਬੇਟਾ ਸਮਝਾਉਂਦਾ ਮਾਂ ਦੀ ਗੱਲ ਸੁਣੋ ਤੁਹਾਡੀ ਬੜੀ ਸ਼ਾਨ ਆ ਸਾਡੇ ਨਬੀ ਨੇ ਮਾਂ ਦਾ ਸ਼ਾਨ ਬੜਾ ਦੱਸਿਆ ਵਾ ਤੁਹਾਡੇ ਕਦਮਾਂ ਦੇ ਅੰਦਰ ਜੰਨਤ ਆ ਮਗਰ ਮੈਨੂੰ ਇਸ ਪਰੇਸ਼ਾਨੀ ਚ ਨਾ ਪਾਓ ਮੈਂ ਇਹ ਗੱਲ ਨਹੀਂ ਮੰਨਣੀ ਮਾਂ ਤੋਰ ਲੈਂਦੀ ਹੈ ਬੇਟਾ ਉਹਨੀ ਦੇਰ ਤੱਕ ਨਾ ਮੈਂ ਸ਼ਾਂ ਤੇ ਦੇਵਾਂਗੀ ਨਾ ਮੈਂ ਪਾਣੀ ਪੀਵਾਂਗੇ ਨਾ ਮੈਂ ਖਾਣਾ ਖਾਵਾਂਗੇ ਤੜਪ ਤੜਪ ਤੇਰੀਆਂ ਨਜ਼ਰਾਂ ਦੇ ਸਾਹਮਣੇ ਮਰ ਜਾਵਾਂਗੇ ਲੋਕ ਤੈਨੂੰ ਤਾਨੀ ਦੇਣਗੇ ਸਾ ਤੇਰੀ ਮਾਂ ਤੇਰੀ ਨਜ਼ਰ ਤੋਂ ਮਰ ਗਈ ਹੈ ਮਾਂ ਦੀਆਂ ਮਿੰਨਤਾਂ ਕਰਦੇ ਨੇ ਸੁਬਹ ਤੋਂ ਸ਼ਾਮ ਹੋ ਜਾਂਦੀ ਹੈ ਮਾਂ ਉਸ
ਇਸੇ ਤਰ੍ਹਾਂ ਸੇਤੀ ਲੱਗੀ ਹੋਈ ਹੈ। ਸਾਪ ਗੁਜ਼ਰ ਜਾਂਦੇ ਹਨ, ਅਗਲਾ ਦਿਨ ਆ ਜਾਂਦਾ ਵਾ, ਮਾਂ ਫਿਰ ਸੰਜੇ ਬੁੱਢੇ ਡਾਈ ਹੋਈ ਹੈ, ਕੁਛ ਵੀ ਨੇ ਖਾ ਰਹੇ, ਕੁਛ ਵੀ ਨੇ ਪੀ ਰਹੇ। ਦੂਸਰਾ ਦਿਨ ਆ ਜਾਂਦਾ, ਭੁੱਖ ਹੜਤਾਲ ਕੀਤੀ ਹੋਈ ਹੈ, ਰਾਤ ਵੀ ਗੁਜ਼ਰ ਗਈ। ਤੀਸਰਾ ਦਿਨ ਹੋ ਗਿਆ, ਮਾਂ ਨੂੰ ਕਮਜ਼ੋਰ ਹੋ ਜਾਂਦੀ ਹੈ, ਭੁੱਖ ਦੀ ਵਜ੍ਹਾ ਤੋਂ ਪਰੇਸ਼ਾਨ ਆ, ਸਾਧ ਉਸ ਤੋਂ ਜ਼ਿਆਦਾ ਪਰੇਸ਼ਾਨ। ਅਗਰ ਵਾਕਈ ਮੇਰੀ ਮਾਂ ਇਸ ਹਾਲ ਦੇ ਅੰਦਰ ਮਰ ਗਈ, ਲੋਕਾਂ ਨੇ ਮੈਨੂੰ ਕਰਜ਼ ਕਰਨੀ ਹੈ, ਇਹ ਸਾਧ ਤੇਰੀ ਵਜ੍ਹਾ ਤੋਂ ਤੇਰੀ ਮਾਂ ਮਰ ਗਈ ਆ, ਸਾਧ ਉਸ ਗੱਲ ਦੇ ਪਰੇਸ਼ਾਨ ਆ। ਤੀਸਰਾ ਦਿਨ ਹੋ ਗਿਆ, ਮਾਂ ਨੇ ਜ਼ਿੱਦ ਕੀਤੀ ਹੋਈ ਹੈ, ਅਬੂ ਬਕਰ ਦੇ ਮਾਤਾ ਵੀ ਮੁਸਲਮਾਨਾਂ ਕੀ ਹਾਲਤ ਰਹਿਣਾ, ਹੋਰੀ ਦੇ ਦਵਾਬ ਕਰਾਂਗਾ, ਸਾਧ ਦੇ ਵਾਲਦਾ ਨੇ ਜ਼ਿੱਦ ਕੀਤੀ ਹੋਈ ਹੈ। ਜਦੋਂ ਜ਼ਿੱਦ ਕੀਤੀ ਹੈ, ਸਾਧ ਵੀ ਪਰੇਸ਼ਾਨ ਹੋ ਜਾਂਦੇ ਨੇ। ਦੂਸਰਾ ਦਿਨ ਆ ਗਿਆ, ਦੁਪਹਿਰ ਦਾ ਟਾਈਮ ਆ, ਸਾਧ ਮਾਂ ਦੇ ਕੋਲ ਆ ਕੇ ਕਹਿੰਦੇ ਨੇ, ਅੰਮਾ ਗੱਲ ਸੁਣ, ਤੇਰੀ ਹਰ ਗੱਲ ਮੰਨਣ ਵਾਸਤੇ ਤਿਆਰ ਆ, ਤੇਰੀ ਖਿਦਮਤ ਕਰਨ ਵਾਸਤੇ ਤਿਆਰ ਆ, ਅਗਰ ਤੂੰ ਕਹੇ ਮੈਂ ਸਲਾਮ ਛੱਡ ਦਿਆ, ਅੱਲਾ ਦੇ ਨਬੀ ਨੂੰ ਛੱਡ ਦਿਓ, ਤੇ ਮਾਂ ਸੋਚੀ ਵੀ ਨਾ, ਖੁਦਾ ਦੀ ਕਸਮ, ਅਗਰ ਮਾਂ ਇੱਕ ਜਾਨ ਨਹੀਂ, ਤੇਰੀਆਂ ਲੱਖਾਂ ਜਾਨਾਂ ਵੀ ਹੋਣ, ਮੇਰੇ ਸਾਹਮਣੇ ਸਾਰੀਆਂ ਖਤਮ ਹੋ ਜਾਣ, ਮਾਂ ਤੈਨੂੰ ਛੱਡ ਸਕਦਾ, ਮੈਂ ਆਪਣੇ ਨਬੀ ਨੂੰ ਨਹੀਂ ਛੱਡ ਸਕਦਾ। ਮਾਂ ਨੇ ਸੋਚਿਆ ਇੰਨਾ ਜ਼ਿਲੀ ਬੰਦਾ ਤੇ ਮੈਨੂੰ ਕਿੱਦਾਂ ਦੀ ਗੱਲ ਕਰ ਗਿਆ। ਉਹਨੇ ਆਖਿਆ, ਮਾਂ ਲੋਕ ਇਹੀ ਕਹਿਣਗੇ ਨਾ, ਤੇਰੀ ਵਜ੍ਹਾ ਤੋਂ ਮਰੀ ਆ ਤੇ ਮਰ ਜਾ, ਤੇਰੀ ਮੈਂ ਹਰ ਗੱਲ ਮੰਨਣੀ ਆ, ਲੇਕਿਨ ਜਿਹੜੀ ਕੁਫਰ ਵਾਲੀ ਤੂੰ ਗੱਲ ਕਰਨੀ ਹੈ ਮੰਨਣੀ, ਇਹ ਨਹੀਂ ਮੈਂ ਮੰਨਣੀ। ਮਾਂ ਨੂੰ ਜ਼ਿੱਦ ਛੱਡਣੀ ਪਈ, ਅੱਲਾ ਨੇ ਕਰਮ ਕੀਤਾ, ਹਜ਼ਰਤ ਸਾਹਿਬ ਦੀ ਮਾਂ ਵੀ ਮੁਸਲਮਾਨ ਹੋ ਗਈ। ਅਬੂ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਚੱਲਿਆ ਨਹੀਂ ਜਾਂਦਾ, ਇੱਕ ਪਾਸੋਂ ਮਾਂ ਨੇ ਸਹਾਰਾ ਦਿੱਤਾ, ਇੱਕ ਪਾਸੋਂ ਪਰੇ ਫਰੂਕ ਦੇ ਮਸ਼ੀਰਾਂ ਨੇ ਸਹਾਰਾ ਦਿੱਤਾ, ਲੈ ਕੇ ਚੱਲ ਪੈਂਦੇ ਨੇ। ਚੱਲਦਿਆਂ ਚੱਲਦਿਆਂ ਸਹਾਬੀ ਰਸੂਲ ਹਜ਼ਰਤ ਅਰਕਮ ਰਜ਼ੀ ਅੱਲਾਹ ਤਾਲਾ ਦੇ ਘਰ ਦੇ ਅੰਦਰ ਇਮਾਮ ਅਲ-ਅੰਬੀਆ ਮੌਜੂਦ, ਰਾਤ ਦਾ ਟਾਈਮ, ਆਵਾਜ਼ ਦਿੱਤੀ, ਆਪਾਂ ਮੌਜੂਦ ਹੋ। ਇਮਾਮ ਅਲ-ਅੰਬੀਆ ਉੱਠ ਕੇ ਖੜੇ ਹੋ ਜਾਂਦੇ ਨੇ, ਦਰਵਾਜ਼ੇ ਤੋਂ ਬਾਹਰ ਆ ਕੇ ਅਬੂ ਬਕਰ ਨੂੰ ਸੀਨੇ ਨਾਲ ਲਾ ਲਿਆ, ਸਜਣਾ ਅਸਾਂ ਕੋਲ ਨਿਭਾਏ ਤੇ ਜਾਨ ਦਿੱਤੀ ਕੋਈ ਪਰੇਸ਼ਾਨੀ। ਅਬੂ ਬਕਰ ਨੇ ਇਸ ਜਗ੍ਹਾ ਤੇ ਖੜਿਆ ਹੋ ਕੇ ਅਰਜ਼ ਕੀਤੀ, ਅੱਲਾ ਮੇਰਾ ਦਿਲ ਚਾਹੁੰਦਾ ਵਾ ਕਿ ਤਾਂ ਮੈਂ ਤੁਹਾਡਾ ਗੁਲਾਮ ਆ ਨਾ, ਇਸੇ ਤਰ੍ਹਾਂ ਮੇਰੀ ਮਾਂ ਵੀ ਤੇਰੀ ਗੁਲਾਮ ਬਣ ਜਾਵੇ। ਅਜੇ ਤੱਕ ਰੁਕੋ, ਸੋਚੀ ਤਾਰੀਫ ਜੇ ਬਕਰੀ ਸ਼ਕਤੀ ਕਰਮ ਫਰਮਾਏ ਨਾ ਵਾਸਤੇ ਜਵਾਬ ਦਾ। ਇਮਾਮ ਅਲ-ਅੰਬੀਆ ਅਲੈਹਿ ਸਲਾਤੁ ਵਸਸਲਾਮ ਨੇ ਉਸੇ ਵੇਲੇ ਅੱਲਾ ਦੀ ਬਾਰਗਾਹ ਦੇ ਅੰਦਰ ਹੱਥ ਉਠਾ ਕੇ ਹਜ਼ਰਤ ਅਬੂ ਬਕਰ ਸਦੀਕ ਰਜ਼ੀ ਅੱਲਾ ਤਾਲਾ ਦੀ ਬਾਰਗਾਹ ਦੇ ਹਦਾਇਤ ਦੀ ਦੁਆ ਕੀਤੀ ਹੈ। ਦੁਆ ਜੇ ਮੁਕੰਮਲ ਨਹੀਂ ਹੋਈ, ਅਬੂ ਬਕਰ ਦੀ ਬਾਰਗਾਹ ਨੇ ਕਲਮਾ ਪੜ੍ਹਨਾ ਸ਼ੁਰੂ ਕਰ ਦਿੱਤਾ। ਸੈਯਦ ਅਬੂ ਬਕਰ ਸਦੀਕ ਰਜ਼ੀ ਅੱਲਾ ਤਾਲਾ ਨੂੰ ਇੱਕ ਆਮ ਸਿਆਸੀ ਨਹੀਂ, ਇਹਨਾਂ ਦਾ ਤੇ ਮੁਕਾਮ ਇੰਨਾ ਵਾ ਕਿ ਦੂਸਰਾ ਸਿਆਸੀ ਬਰਾਬਰ ਤੇ ਨਜ਼ਰ ਹੀ ਨਹੀਂ ਆਉਂਦਾ, ਦੂਸਰਾ ਸਿਆਦੀ ਨਜ਼ਰ ਹੀ ਨਹੀਂ ਆਉਂਦਾ। ਬਲਕਿ ਦਾਦਾ ਲਈ ਅਜਮੇਰੀ ਰਹਿਮਤੁਲਾਹ ਅਲੈਹ ਪਤਾ ਕੀ ਕਹਿੰਦੇ ਨੇ ਕਿ ਆਸ਼ਕਾਂ ਦਾ ਸਰਦਾਰ ਅਬੂ ਬਕਰ ਸਦੀਕ ਆ। ਕਹਿ ਦੋ ਜ਼ਰਾ ਸੁਭਾਨ ਅੱਲਾਹ, ਸੁਭਾਨ ਅੱਲਾਹ। ਬਈ ਹਜ਼ੂਰ ਦੇ ਸਾਰੇ ਸਿਆਬਾ ਆਸ਼ਕ ਤੋਂ
ਇਹਦੇ ਅੰਦਰ ਸ਼ਰਤ ਹੋਣੀ ਉਹਨਾਂ ਨੇ ਆਪਣਾ ਮਾਂ ਜਾਨ ਔਲਾਦ ਹਰ ਸ਼ੈ ਮੁਸਤਫਾ ਦੇ ਨਾਂ ਤੇ ਕੁਰਬਾਨ ਕਰ ਦਿੱਤਾ ਮਗਰ ਦਾਦਾ ਅਲੀ ਜਵੇਰੀ ਨੇ ਜਿਹੜਾ ਫੈਸਲਾ ਦਿੱਤਾ ਹੈ ਨਾ ਉਹ ਫਰਮਾਇਆ ਕਿ ਅਬੂ ਬਕਰ ਆਸ਼ਕਾਂ ਦਾ ਸਰਦਾਰ ਆ ਇਮਾਮ ਤੇ ਬਾਦਸ਼ਾਹ ਸੁਲਤਾਨ ਨੇ ਪਤਾ ਕੀ ਕਿਹਾ ਹੋਇਆ ਆ ਫਰਮਾਉਂਦੇ ਨੇ ਕਿ ਆਸ਼ਕ ਦਾ ਮੁਕਾਮ ਤੇ ਬੜਾ ਵਾ ਗੌਸ ਦਾ ਮੁਕਾਮ ਤੇ ਬੜਾ ਵਾ ਅੱਲਾਹ ਦੇ ਹਲੀਆਂ ਦਾ ਮੁਕਾਮ ਤੇ ਬੜਾ ਲੇਕਿਨ ਜਿਹੜਾ ਆਸ਼ਕਾਂ ਦਾ ਇਮਾਮ ਉਹਦਾ ਕੀ ਸ਼ਾਨ ਹੋਵੇ ਲੋਕ ਸੁਣੋ ਜਿੰਨਿਆਂ ਵੀ ਲੋਕ
ਜਿਨ੍ਹਾਂ ਨੇ ਤੇ ਮੇਰੇ ਤੇ ਇਹਸਾਨ ਕੀਤਾ ਸੀ ਉਹਦਾ ਮੈਂ ਬਦਲਾ ਦੁਨੀਆਂ ਦੇ ਦੇ ਛੱਡਿਆ ਵਾ। ਇੱਕ ਮੇਰਾ ਅਬੂ ਬਕਰ ਆ ਜਿਹਦੇ ਇਹਨੇ ਮੇਰੇ ਤੇ ਇਹਸਾਨ ਆ ਤੇ ਇਹਨਾਂ ਦਾ ਬਦਲਾ ਮੈਂ ਨਹੀਂ ਕੱਲ ਕਿਆਮਤ ਵਾਲੇ ਦਿਨ ਮੇਰਾ ਰੱਬ ਇਹਨਾਂ ਦੇ ਇਹਸਾਨਾਂ ਦਾ ਬਦਲਾ ਦੇਵੇਗਾ। ਅਬੂ ਬਕਰ ਦੀਆਂ ਇੰਨੀਆਂ ਕੁਰਬਾਨੀਆਂ ਨੇ ਕਿਸੇ ਵੀ ਹਵਾਲੇ ਨਾਲ ਸ਼ੁਰੂ ਹੋ ਜਾਵੋ। ਇਮਾਮ ਅਲ-ਅੰਬੀਆ ਨੇ ਫਰਮਾਇਆ ਕਾਇਨਾਤ ਦਾ ਮਾਲਕ ਹੋ ਕੇ ਫਰਮਾ ਲੋਗੋ ਅਬੂ ਬਕਰ ਦੇ ਇਹਸਾਨ ਹੀ ਇੰਨੇ ਨੇ, ਇਹਨੇ ਇਸਲਾਮ ਦੀ ਖਿਦਮਤ ਇੰਨੀ ਕੀਤੀ ਹੋਈ ਹੈ ਕਿ ਮੈਂ ਨਬੀ ਦੁਨੀਆਂ ਤੇ ਰਹਿੰਦਿਆਂ ਹੋਇਆ ਦੁਨੀਆਂ ਦੇ ਜਿਹੜੇ ਇਨਾਮਾਤ ਨੇ ਉਹ ਥੋੜੇ ਨੇ ਤੇ ਅਬੂ ਬਕਰ ਦੀਆਂ ਕੁਰਬਾਨੀਆਂ ਦਾ ਸਿਰਾ ਜ਼ਿਆਦਾ ਵਾ। ਇਹ ਕੱਲ ਕਿਆਮਤ ਵਾਲੇ ਦਿਨ ਮੇਰਾ ਰੱਬ ਅਬੂ ਬਕਰ ਨੂੰ ਇਹਨਾਂ ਕੁਰਬਾਨੀਆਂ ਦਾ ਇਨਾਮ ਦੇਵੇਗਾ। ਮੁਸਲਮਾਨੋ ਇਮਾਮ ਅਲ-ਅੰਬੀਆ ਨੇ ਫਰਮਾਇਆ, ਇਹ ਹਦੀਸ ਪਾਕ ਜਿਹੜੀ ਮੈਂ ਸੁਣਾਉਣ ਲੱਗਾ ਨਾ ਤੁਹਾਡੇ ਨੂੰ ਸੁਣ ਲਵੋ, ਸ਼ਾਇਦ ਪਹਿਲੀ ਵਾਰੇ ਤੁਸੀਂ ਸੁਣੋ। ਵੈਸੇ ਕਿਤਾਬਾਂ ਦੇ ਅੰਦਰ ਮੌਜੂਦ ਆ ਇਮਾਮ ਤਿਰਮਜ਼ੀ ਨੇ ਮੁਕਾਮਾਂ ਦੇ ਸਹਾਬਾ ਜਿੱਥੇ ਲਿਖੇ ਨੇ ਨਾ ਸਹਾਬਾ ਦੇ ਫਜ਼ਾਇਲ, ਉਸ ਜਗ੍ਹਾ ਤੇ ਇਸ ਹਦੀਸ ਨੂੰ ਨਕਲ ਕੀਤਾ ਮਨਾ ਕੇ ਸਹਾਬਾ ਦੇ ਮੌਜੂਦ ਦੇ ਅੰਦਰ ਆਣ ਕੇ ਇਮਾਮ ਅਲ-ਅੰਬੀਆ ਨੇ ਫਰਮਾ ਲੋਗੋ ਸੁਣੋ, ਕਿਆਮਤ ਵਾਲੇ ਦਿਨ ਜਿਹੜੇ ਲੋਕ ਮੁਅੰਮਰ ਬਜ਼ੁਰਗ ਆਦਮੀ ਜੰਨਤ ਤੇ ਜਾਣਗੇ ਨਾ ਮੌਜੂਦ ਆ, ਮਿਸ਼ਕਾਤ ਦੇ ਅੰਦਰ ਵੀ ਮੌਜੂਦ ਆ, ਤਿਰਮਜ਼ੀ ਦੇ ਅੰਦਰ ਵੀ ਮੌਜੂਦ ਹੈ, ਇਸ ਤੋਂ ਹੱਟ ਕੇ ਬਾਕੀ ਕਿਤਾਬਾਂ ਚ ਵੀ ਹੈ। ਹਜ਼ੂਰ ਨੇ ਫਰਮਾਇਆ ਜਿਹੜੇ ਬੰਦੇ ਸਿਆਣੀ ਉਹਨਾਂ ਦੇ ਅੰਦਰ ਬੁਢਾਪੇ ਦੇ ਅੰਦਰ ਦੁਨੀਆਂ ਤੋਂ ਜਾਣਗੇ ਜੰਨਤੀ ਆਉਣਗੇ ਉਹਨਾਂ ਦਾ ਸਰਦਾਰ ਕੌਣ ਹੋਏਗਾ? ਮੇਰਾ ਅਬੂ ਬਕਰ ਹੋਏਗਾ ਤੇ ਮੇਰਾ ਉਮਰ ਹੋਵੇਗਾ। ਬਸ ਲੋਕਾਂ ਨੇ ਪਤਾ ਨੀ ਕੀ ਜ਼ੇਰ ਆਇਆ ਇਸ ਵਕਤ ਧਿਆਨ ਕਿਉਂ ਨਹੀਂ ਕੀਤਾ, ਹਸਨ ਹੁਸੈਨ ਜੰਨਤੀ ਜਵਾਨਾਂ ਦੇ ਸਰਦਾਰ ਹੋਣਗੇ, ਫਾਤਿਮਾ ਜ਼ਹਰਾ ਜੰਨਤੀ ਔਰਤਾਂ ਦੀ ਸਰਦਾਰ ਹੋਵੇਗੀ, ਮਗਰ ਜਿਹੜੇ ਮੁਅੰਮਰ ਲੋਕ ਸਿਆਣੀ ਉਮਰ ਦੇ ਅੰਦਰ ਦੁਨੀਆਂ ਤੋਂ ਜਾਣਗੇ ਇਮਾਮ ਅਲ-ਅੰਬੀਆ ਨੇ ਫਰਮਾਇਆ ਨਬੀਆਂ ਤੋਂ ਬਾਅਦ ਉਹਨਾਂ ਦਾ ਸਰਦਾਰ ਜੰਨਤ ਅਬੂ ਬਕਰ ਔਰ ਮੇਰਾ ਉਮਰ ਹੋਵੇਗਾ। ਇਹ ਸ਼ਾਨ ਹੈ ਸੈਯਦਨਾ ਅਬੂ ਬਕਰ ਸਦੀਕ ਦੀ ਔਰ ਸ਼ਾਨ ਹੈ ਸੈਯਦਨਾ ਬੋਲੋ ਜਰਾ ਉਮਰ ਸਰੂ ਇਮਾਮ ਅਲ-ਅੰਬੀਆ ਨੇ ਜਿੱਦਾਂ ਜਿੱਦਾਂ ਉਹਨਾਂ ਦੀ ਕੁਰਬਾਨੀਆਂ ਨੇ ਉਹਦਾ ਉਹਦਾ ਇਨਾਮ ਦਾ ਐਲਾਨ ਕੀਤਾ। ਅਬੂ ਬਕਰ ਦਾ ਤੇ ਜੰਨਤੀ ਹੋਣ ਦਾ ਐਲਾਨ ਹਜ਼ੂਰ ਨੇ ਕਈ ਵਾਰ ਕੀਤਾ ਹੈ ਨਾ। ਵੈਸੇ ਮੁਸਤਫਾ ਜਿਹਨੂੰ ਇੱਕ ਦਫਾ ਜੰਨਤੀ ਕਹਿ ਦੇ ਉਹਦੇ ਜੰਨਤੀ ਹੋਣ ਦੀ ਸ਼ਰਤ ਹੋ ਸਕਦਾ ਨਹੀਂ? ਉਹ ਤੇ ਜੰਨਤੀ ਹੋ ਗਿਆ। ਅਸ਼ਰਾ ਮੁਬਸ਼ਰਾ ਦਾ ਸਹਾਬਾ ਨੇ ਜਿਨ੍ਹਾਂ ਦਾ ਨਾਂ ਲੈ ਕੇ ਮੁਸਤਫਾ ਨੇ ਆਪਣੇ ਮਿੰਬਰੇ ਰਸੂਲ ਤੇ ਬੈਠ ਕੇ ਐਲਾਨ ਕੀਤਾ ਅਬੂ ਬਕਰ ਫਿਲ ਜੰਨਾ, ਉਮਰ ਫਿਲ ਜੰਨਾ, ਉਸਮਾਨ ਫਿਲ ਜੰਨਾ, ਅਲੀ ਫਿਲ ਜੰਨਾ, ਰਸੂਲ ਅੱਲਾ ਨੇ ਦਸ ਸਹਾਬਾ ਦਾ ਨਾਂ ਲੈ ਕੇ ਜੰਨਤੀ ਆਉਣ ਦਾ ਐਲਾਨ ਕੀਤਾ। ਅਗਰ ਕੋਈ ਉਹਨਾਂ ਵੱਲ ਧਿਆਨ ਕਰਕੇ ਬੁਰੀ ਸੋਚੇਗਾ ਬੁਰੀ ਗੱਲ ਕਰੇਗਾ ਭਈ ਉਹ ਤੇ ਚੰਦ ਨਾਲ ਚੰਦ ਵੱਲ ਛੁੱਟੀ ਹੈ ਤੇ ਮੂੰਹ ਆਪਣੇ ਤੇ ਪੈਂਦਾ ਚੰਦ ਤੇ ਪੈਂਦਾ। ਬੋਲੋ ਜ਼ਰਾ ਅਬੂ ਬਕਰ ਤੇ ਉਹ ਖੁਸ਼ ਨਸੀਬ ਆ ਜਿਨ੍ਹਾਂ ਨੇ ਮੁਸਤਫਾ ਦਾ ਸਾਥ ਦਿੱਤਾ। ਇੱਕ ਹਦੀਸ ਪਾਕ ਸੁਣੋ ਫਿਰ ਮੈਂ ਬਾਤ ਖਤਮ ਕਰਦਾ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰਗਾਹ ਦੇ ਅੰਦਰ ਜਬਰਾਇਲ ਅਲੈਹਿਸਸਲਾਮ ਹਾਜ਼ਰ ਹੋਏ, ਹਜ਼ੂਰ ਨੇ ਫਰਮਾਇਆ ਜਬਰੀਲ ਜੀ ਯਾ ਰਸੂਲੱਲਾਹ, ਫਰਮਾਇਆ ਮੇਰੇ ਉਮਰ ਦੀ ਸ਼ਾਨ ਬਿਆਨ ਕਰੋ ਤੇ ਕਿੰਨੇ ਕੁ ਟਾਈਮ ਚ ਬਿਆਨ ਕਰ ਸਕਦੇ ਹੋ? ਕਹੋ ਜ਼ਰਾ ਸੁਭਾਨ ਅੱਲਾਹ। ਜਿੱਦਾਂ ਕਿਸੇ ਉਲਮਾ ਨੂੰ ਕਹੀਦਾ ਕਿ ਇਸ ਮੌਜੂ ਤੇ ਬਿਆਨ ਕਰੋ ਕਿੰਨਾ ਕੁ ਟਾਈਮ ਲੈ ਸਕਦੇ ਹੋ, ਕਿੰਨੇ ਕੁ ਟਾਈਮ ਦੇ ਅੰਦਰ ਇਹ ਗੱਲ ਬਿਆਨ ਕਰ ਲੋਗੇ? ਫਿਰ ਹਰ ਬੰਦਾ ਆਪਣੇ ਆਪਣੇ ਇਲਮ ਦੇ ਮੁਤਾਬਕ ਕਹਿੰਦਾ ਜੀ ਮੈਂ ਦੋ ਘੰਟੇ ਦੀ ਗੱਲ ਕਰ ਲਾਂਗਾ, ਤਿੰਨ ਘੰਟੇ ਦੀ ਕਰਾਂਗਾ, ਜਾਂ ਮੈਂ ਦਸ ਘੰਟੇ ਵੀ ਲੱਗ ਸਕਦੇ ਨੇ, ਕਈ ਜੁਮੇ ਹੋ ਸਕਦੇ ਨੇ। ਇਮਾਮ ਅਲ-ਅੰਬੀਆ ਨੇ ਸਵਾਲ ਜਬਰੀਲ ਤੇ ਕੀਤਾ, ਜਬਰੀਲ ਅਗਰ ਮੇਰੇ ਉਮਰ ਦੀ ਸ਼ਾਨ ਬਿਆਨ ਕਰਨ ਵਾਲਾ ਤੂੰ ਹੋਵੇ ਕਿੰਨਾ ਟਾਈਮ ਲੱਗੇਗਾ, ਕਿੰਨੇ ਵਕਤ ਦੇ ਅੰਦਰ ਮੇਰੇ ਉਮਰ ਦੀ ਸ਼ਾਨ ਬਿਆਨ ਕਰੇਗਾ? ਸੁਣੋ ਜ਼ਰਾ, ਸੈਯਦਨਾ ਜਬਰੀਲ ਅਲੈਹਿਸਸਲਾਮ ਅਰਜ਼ ਕੀਤੀ ਆਪਾ ਤੇਰੇ ਉਮਰ ਦੀ ਸ਼ਾਨ ਬਿਆਨ ਕਰਨ ਵਾਸਤੇ ਮੈਨੂੰ ਦੋ ਚਾਰ ਸਾਲ ਨਹੀਂ, ਦੋ ਚਾਰ ਸਦੀਆਂ ਨਹੀਂ, ਬਲਕਿ ਮੈਨੂੰ ਓਨੀ ਉਮਰ ਚਾਹੀਦੀ ਆ ਜਿੰਨੀ ਉਮਰ ਨੂਹ ਅਲੈਹਿਸ ਸਲਾਮ ਨੇ ਆਪਣੀ ਕੌਮ ਨੂੰ ਤਬਲੀਗ ਕੀਤੀ ਆ। ਉਹ ਕਿੰਨੀ ਬਣਦੀ ਹੈ? 950 ਸਾਲ। ਫਰਿਸ਼ਤਾ ਸਾਰਿਆਂ ਨੂਰੀ ਫਰਿਸ਼ਤਿਆਂ ਦਾ ਸਰਦਾਰ, ਨਬੀਆਂ ਦੇ ਅੰਦਰ ਤੋਂ ਇਮਾਮ ਅਲ-ਅੰਬੀਆ ਦਾ ਮੁਕਾਮ, ਸਾਰੇ ਫਰਿਸ਼ਤਿਆਂ ਦੇ ਅੰਦਰ ਉਹ ਜਬਰੀਲ ਦਾ ਮੁਕਾਮ, ਜਬਰੀਲ ਸਾਰੇ ਫਰਿਸ਼ਤਿਆਂ ਦਾ ਸਰਦਾਰ ਆ, ਜਿੱਦਾਂ ਮੇਰਾ ਨਬੀ ਸਾਰੇ ਨਬੀਆਂ ਦਾ ਸਰਦਾਰ ਆ।
ਅਰਜ਼ ਕੀਤੀ ਆਕਾ ਆਕਾ ਅਗਰ ਉਮਰ ਦੀ ਸ਼ਾਨ ਬਿਆਨ ਮੈਂ ਕਰਾਂ ਤਾਂ ਇੰਨਾ ਵਕਤ ਚਾਹੀਦਾ ਵਾ ਜਿੰਨਾ ਵਕਤ ਨੂਹ ਅਲੈਹਿ ਸਲਾਮ ਨੇ ਆਪਣੀ ਉਮਤ ਨੂੰ ਤਬਲੀਗ ਕੀਤੀ 950 ਸਾਲ ਲੱਗਦਾ ਵਾ ਉਮਰ ਦੀ ਸ਼ਾਨ ਬਿਆਨ ਕਰਨ ਵਾਸਤੇ ਉਹ ਉਮਰ ਦੀ ਇੰਨੀ ਸ਼ਾਨ ਆ ਉਹ ਉਮਰ ਕਹਿੰਦਾ ਕਾਸ਼ ਮੈਂ ਅਬੂ ਬਕਰ ਦੇ ਸੀਨੇ ਤੱਕ ਵਾਲ ਹੀ ਹੁੰਦਾ ਯਾਨੀ ਅੰਦਾਜ਼ਾ ਕਰੋ ਅਬੂ ਬਕਰ ਦੇ ਮੁਕਾਮ ਦਾ ਜਿਹਦੀ ਸ਼ਾਨ ਬਿਆਨ ਕਰਨ ਵਾਸਤੇ ਜਬਰੀਲ ਸਾਡੇ ਵਾਸਤੇ ਸਾਫ਼ ਸਾਫ਼ ਚਾਹੀਦਾ ਉਹ ਹਜ਼ੂਰ ਦੇ ਗੁਲਾਮ ਅਬੂ ਬਕਰ ਦੇ ਪਤਾ ਨਹੀਂ ਕੀ ਸੋਚ ਰਹੇ ਸੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਸ਼ਾਨ ਸਹਾਬਾ ਸਾਰੇ ਸ਼ਾਨ ਵਾਲੇ ਨੇ ਇੱਜ਼ਤ ਇੱਜ਼ਤ ਵਾਲੇ ਨੇ ਅਜ਼ਮਤ ਵਾਲੇ ਨੇ ਔਰ ਫਿਰ ਇੱਕ ਹਦੀਸ ਬਾਰ ਬਾਰ ਨਾਮ ਹੋਲ ਮਿਲਦੀ ਹੈ ਜ਼ਰਾ ਸੁਣੋ ਤੇ ਇਮਾਨ ਤਾਜ਼ਾ ਹੋ ਜਾਏਗਾ ਰਾਤ ਦਾ ਟਾਈਮ ਆ ਹਨੇਰੀ ਰਾਤ ਆ ਅਸਮਾਨ ਜਿਹੜਾ ਹੈ ਨਾ ਇਹ ਸਿਤਾਰਿਆਂ ਦੇ ਨਾਲ ਜਗਮਗ ਕਰਦਿਆ ਵਾ ਹਨੇਰੀ ਰਾਤ ਸਿਤਾਰੇ ਜ਼ਰਾ ਜ਼ਿਆਦਾ ਨਜ਼ਰ ਆਉਂਦੇ ਉਮਰ ਮੋਮਿਨੀਨ ਸੈਦਾ ਆਇਸ਼ਾ ਸਦੀਕਾ ਨੇ ਅਰਜ਼ ਕੀਤੀ ਆਕਾ ਦੇਖੋ ਨਾ ਕਿੰਨੀ ਖੂਬਸੂਰਤ ਰਾਤ ਆ ਸਿਤਾਰਿਆਂ ਦੇ ਨਾਲ ਜਗਮਗ ਹੋ ਰਹੀ ਹੈ ਇੰਨੀ ਸੋਹਣੀ ਰਾਤ ਸਿਤਾਰਿਆਂ ਨਾਲ ਭਰੀ ਹੋਈ ਹੈ ਇੱਥੇ ਗੱਲ ਰੁਕੀ ਨੀ ਨਾ ਉਮਰ ਮੋਮਿਨੀਨ ਨੇ ਅਰਜ਼ ਕੀਤੀ ਆਕਾ ਮੇਰਾ ਸਵਾਲ ਇਹ ਆ ਜਿੱਥੇ ਵੀ ਚਲੇ ਜਾਓ ਉੱਥੇ ਸਿਤਾਰੇ ਨਜ਼ਰ ਆਉਣਗੇ ਲਾ ਤਾਦਾਦ ਨਜ਼ਰ ਆਉਣਗੇ ਕੋਈ ਗਿਣਤੀ ਨਹੀਂ ਉਮਰ ਮੋਮਿਨੀਨ ਦਾ ਸਵਾਲ ਦੇਖੋ ਕੈਸਾ ਵਾ ਆਕਾ ਕਿਸੇ ਬੰਦੇ ਦੀਆਂ ਤੁਹਾਡੀ ਉਮਰ ਦੇ ਅੰਦਰ ਇੰਨੀਆਂ ਨੇਕੀਆਂ ਹੈ ਜਿੰਨੇ ਅਸਮਾਨ ਦੇ ਸਿਤਾਰੇ ਨੇ ਇਮਾਮ ਉਲ ਅੰਬੀਆ ਨੇ ਫਰਮਾਇਆ ਸ਼ਾ ਹਾਂ ਮੇਰੀ ਉਮਰ ਦੇ ਅੰਦਰ ਇਸ ਮੁਕਾਮ ਵਾਲਾ ਬੰਦਾ ਮੇਰਾ ਉਮਰ ਦੂ ਆ ਮੇਰਾ ਉਮਰ ਉਹ ਵਾ ਜਿਹਦੀਆਂ ਨੇਕੀਆਂ ਅਸਮਾਨ ਦੇ ਸਿਤਾਰਿਆਂ ਦੇ ਬਰਾਬਰ ਆ ਪਤਾ ਚੱਲਿਆ ਮੁਸਤਫਾ ਨੂੰ ਸਿਤਾਰਿਆਂ ਦੀ ਤਦਾਦ ਦਾ ਵੀ ਪਤਾ ਵਾ ਤੇ ਆਪਣੇ ਗੁਲਾਮਾਂ ਦੀਆਂ ਨੇਕੀਆਂ ਦਾ ਵੀ ਪਤਾ ਵਾ ਇਹਦੀ ਗੱਲ ਹੋਈ ਨਾ ਅੰਬਾ ਆਇਸ਼ਾ ਸਦੀਕਾ ਪਰੇਸ਼ਾਨ ਪਰੇਸ਼ਾਨ ਹੋ ਗਈ ਪਰੇਸ਼ਾਨ ਨਾ ਹੋ ਇਹ ਪਰੇਸ਼ਾਨ ਵਾਲੀ ਗੱਲ ਨਹੀਂ ਉਮਰ ਦੀ ਸਾਰੀ ਜ਼ਿੰਦਗੀ ਦੇਖੀਆਂ ਇੱਕ ਪਲੜੇ ਵਿੱਚ ਪਾ ਦਿੱਤੀਆਂ ਜਾਣ ਕਿ ਅਬੂ ਬਕਰ ਦੀ ਇੱਕ ਨੇਕੀ ਦਾ ਮੁਕਾਬਲਾ ਵੀ ਨਹੀਂ ਹੈ ਮੁਕਾਬਲਾ ਨਹੀਂ ਕਰ ਸਕਦੀਆਂ ਕਿੱਦਾਂ ਦੀ ਗੱਲ ਨਾ ਬਈ ਸੋਚਣ ਵਾਲੀ ਬਾਤ ਆ ਹਦੀਸੇ ਮੁਸਤਫਾ ਵਾ ਔਰ ਹਰ ਹਦੀਸ ਦੀ ਕਿਤਾਬ ਦੀ ਮੈਨੂੰ ਗੱਲ ਮਿਲਦੀ ਹੈ ਇਹਦਾ ਮਤਲਬ ਇਹ ਵਾ ਕਿ ਕਈਆਂ ਜਗ੍ਹਾ ਤੇ ਜਿੱਦਾਂ ਬੰਦਿਆਂ ਦੇ ਅਮਾਲ ਦੇ ਵਿੱਚ ਵਜ਼ਨ ਜ਼ਿਆਦਾ ਹੈ ਨਾ ਕਿੱਦਾਂ ਹਜ਼ੂਰ ਦੇ ਸਲਾਤ ਉਸ ਸਲਾਮ ਨੇ ਫਰਮਾਇਆ ਕਿ ਮੇਰੀ ਉਮਤ ਦਾ ਸਹਾਬੀ ਜਿਹੜਾ ਨਾ ਮੇਰਾ ਮੈਨੂੰ ਦੇਖਣ ਵਾਲਾ ਉਹ ਆਪਣਾ ਇੱਕ ਜਵਾਂ ਦੀ ਮੁੱਠ ਅੱਲਾ ਦੇ ਰਸਤੇ ਤੇ ਖਰਚ ਕਰ ਦੇਵੇ ਤੇ ਬਾਅਦ ਵਿੱਚ ਆਉਣ ਵਾਲਾ ਬੰਦਾ ਉਹ ਪਹਾੜ ਦੇ ਬਰਾਬਰ ਵੀ ਸੋਨਾ ਖਰਚ ਕਰੇਗਾ ਨਾ ਉਹ ਜਵਾਂ ਦੇ ਮੁੱਠ ਦੇ ਬਰਾਬਰ ਨਹੀਂ ਆਉਣ ਲੱਗਦਾ ਯਾਨੀ ਉਹਨਾਂ ਦਾ ਖਲਾਸ ਉਹਨਾਂ ਦਾ ਤਕਵਾ ਪਰਹੇਜ਼ਗਾਰੀ ਔਰ ਸਭ ਤੋਂ ਵੱਡੀ ਗੱਲ ਕਿ ਅੱਲਾ ਦੇ ਨਬੀ ਦਾ ਸਾਥ ਯਾਨੀ ਅੰਦਾਜ਼ਾ ਕਰੋ ਨੇਕੀ ਹੋਈ ਆ ਅਸੀਂ ਵੀ ਨੇਕੀ ਕਰ ਰਹੇ ਹਾਂ ਸਹਾਬਾ ਨੇ ਵੀ ਨੇਕੀ ਕੀਤੀ ਹੈ ਲੇਕਿਨ ਉਹਦਾ ਵਜ਼ਨ ਇੰਨਾ ਵਾ ਅੱਲਾ ਦੇ ਹਾਂ ਹੁਕਮ ਇੰਨਾ ਵਾ ਸਾਡੀਆਂ ਨੇਕੀਆਂ ਤੋਂ ਉਹਨਾਂ ਦੇ ਮੁਤਾਬਕ ਕਪਾਸ ਕੋ ਵੀ ਨਹੀਂ ਬਣਨੀ ਯਾਨੀ ਉਹਨਾਂ ਦਾ ਖਲਾਸ ਕਿਸੇ ਤੱਕ ਪਹੁੰਚਿਆ ਹੋਇਆ ਉਹ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਜਾਨ ਸਾਥ ਖੁਸ਼ ਨਸੀਬ ਉਹ ਲੋਕ ਜਿਨ੍ਹਾਂ ਨੇ ਹਜ਼ੂਰ ਦੀ ਜ਼ਿਆਰਤ ਵੀ ਕੀਤੀ ਹੈ ਤੇ ਅੱਲਾ ਦੇ ਮਹਿਬੂਬ ਦਾ ਸਾਥ ਵੀ ਦਿੱਤਾ ਉਹ ਜ਼ਰਾ ਸੁਭਾਨ ਅੱਲਾਹ ਅੱਲਾਹ ਤਾਲਾ ਸਾਨੂੰ ਵੀ ਉਹਨਾਂ ਲੋਕਾਂ ਵਾਲਾ ਅਕੀਦਾ ਇਮਾਨ ਅਤਾ ਫਰਮਾਏ ਕੁਰਾਨ ਕਰੀਮ ਤੇ ਅੱਲਾਹ ਤਾਲਾ ਨੇ ਖੁਦ ਹੀ ਫਰਮਾਇਆ ਨਾ ਮਾਇਜ਼ਾ ਕੀਨਾ ਲਹੁਮ
آمنوا تماما الناس قالوا نؤمن تماما الصفحاء على انهم هم الصفحاء ولكن لا يعلمون جدو انہوں نے کیا جانتا ہے نا آؤ اس طرح دے مسلمان ہو جتنا دے میرے نبی دے صحابہ مسلمان ہو نے اے بے ایمان منافق بندے جڑے نے نا کہتے ہیں لو جی اسی ہوتا ہے مسلمان ہو جتنا دے بے وقوف ہوئے سن صحابہ کو بے وقوف کہنا کتنا دی نشانی ہے منافق دی اللہ تے کہندا ہے ادھا دا ایمان لیاؤ ادھا میرے نبی نو منو جتنا نبی دے صحابہ نے منیا ہو انہاں دی آواز آندی ہے کہ اسی وہ بے وقوف والا ایمان لے بھائی وہ بے وقوف کیوں کہندے سی انہاں نو ذرا سوچ کے نالے گل انہاں نوں نہیں پتہ ابو بکر کتنا ذہین ہے عمر کتنا سمجھدار ہے عثمان غنی نو اللہ نے کتنا تجارت کا شعبہ عطا کیتا ہوا علی بن مرتضیٰ کیسی حکمت ہے او بے وقوف کیوں کہندے سن او اس واسطے کہندے سن کہ یار اتنے سمجھدار بندے ہو کے کیڑے نبی دے پیچھے لگ گئے سمجھدار تے بڑے سن انہاں دا مقام بھی سمجھ ہاں بہت ہے مگر انہاں نے ہر شے چھڈی ہے اپنے نبی دے پیچھے لگ گئے اے دا مطلب ہے عقل کولو کام نہیں انہاں نے لیا اگر عقل کولو کام لیندے تے اے کبھی بھی مصطفیٰ دے پیچھے چلدے عقل نے کہنا سی بچ جاؤ اس شکردہ میں نہیں بچنا نہیں ہر شاہ جاندی رہنی چاہیے یار راضی ہونا چاہیے تھا وہاں سانے دنیا دے مال دی کوئی ضرورت نہیں ہے اللہ تعالیٰ ساری حاضر اپنی بارگاہ دے جنگ بولو کو زور فرمائے آمین و امین نعرہ تکبیر اللہ